ਸਸ਼ਕਾਲ ਪਿਆਰੇ ਦੋਸਤੋ ਆਪ ਸਭ ਜੀ ਦਾ ਸਵਾਗਤ ਹੈ ਸੋ ਹਾਜ਼ਰ ਹੋਏ ਅੱਜ ਦੀ ਵੱਡੀ ਅਪਡੇਟ ਦੇ ਨਾਲ ਸਕੂਲ ਬੰਦ ਤੋਂ ਬਾਅਦ ਫੇਰ ਵੱਡਾ ਐਲਾਨ ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ ਸੋ ਦੋਸਤੋ ਇਸ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਰਾਹੀਂ ਦਵਾਂਗੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਆਓ ਦੋਸਤੋ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਮਹਾਮਾਰੀ ਦੇ ਕਾਰਨ ਜੋ ਸਕੂਲ ਅਤੇ ਵਿਦਿਅਕ ਵਿਦਿਆਖਾਨ ਉਹਨਾਂ ਨੂੰ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਪਰ ਦੋਸਤੋ ਹੁਣ ਦਿਨ ਪਰ ਦਿਨ ਜੋ ਕਰੋਨਾ ਦੇ ਕੇਸ ਹਨ ਉਹ ਘਟਦੇ ਨਜ਼ਰ ਆ ਰਹੇ ਹਨ ਕਰੋਨਾ ਦੇ ਕੇਸਾਂ ਵਿੱਚ ਗਰਾਵਟ ਆਉਣ ਦੇ ਕਾਰਨ ਜੋ ਕੇਂਦਰ ਸਰਕਾਰ ਹੈ ਉਹ ਸੋਚ ਰਹੀ ਹੈ ਕਿ ਜੋ ਵਿਦਿਆਖਾਨਾਰੇ ਹਨ ਉਹਨਾਂ ਨੂੰ ਖੋਲ ਦਿੱਤਾ ਜਾਵੇ ਸੋ ਇਸ ਬਾਰੇ ਜੋ ਹੈ ਸੂਬਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੀਆਂ ਜੋ ਮੀਟਿੰਗਸ ਹਨ ਉਹ ਹੋ ਰਹੀਆਂ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਸਕੂਲਾਂ ਨੂੰ ਖੋਲਣ ਦੇ ਬਾਰੇ ਵਿੱਚ ਫੈਸਲਾ ਲਿਆ ਜਾਵੇਗਾ ਪਰ ਜੋ ਇਹ ਫੈਸਲਾ ਹੋਵੇਗਾ ਇਹ ਸਰਕਾਰ ਦੇ ਵੱਲੋਂ ਹੀ ਲਿਆ ਜਾਵੇਗਾ ਕਿ ਕਿ ਸੂਬੇ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਗਰਾਵਟ ਆ ਰਹੀ ਹੈ ਜਿਸ ਸੂਬੇ ਦੇ ਵਿੱਚ ਕਰੋਨਾ ਕੰਟਰੋਲ ਦੇ ਵਿੱਚ ਹੋਵੇਗਾ ਉਹ ਸੂਬੇ ਦੇ ਵਿੱਚ ਸਕੂਲ ਖੋਲ ਦਿੱਤੇ ਜਾਣਗੇ ਸੋ ਸਕੂਲਾਂ ਨੂੰ ਖੋਲਣ ਦਾ ਜੋ ਫੈਸਲਾ ਹੋਏਗਾ ਉਹ ਸੂਬਾ ਸਰਕਾਰ ਦੇ ਵੱਲੋਂ ਹੀ ਲਿਆ ਜਾਣਾ ਹੈ ਸੋ ਦੋਸਤੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ 1 ਫਰਵਰੀ ਤੋਂ 10ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਜੋ ਹਰਨੋ ਖੋਲੇ ਜਾ ਰਹੇ ਹਨ ਤੇ ਬਾਕੀ ਕਲਾਸਾਂ ਦੇ ਬਾਰੇ ਵਿੱਚ ਵੀ ਜੋ ਫੈਸਲਾ ਹੈ ਸਰਕਾਰ ਵੱਲੋਂ ਲਿਆ ਜਾਣਾ ਹੈ ਸੋ ਦੋਸਤੋ ਹੁਣ ਇਹ ਡਿਪੈਂਡ ਕਰਦਾ ਹੈ ਕਿ ਕਰੋਨਾ ਦੇ ਕੇਸ ਹਨੋਂ ਕਿੰਨੇ ਘਟਦੇ ਹਨ ਉਸ ਦੇ ਨਾਲ ਹੀ ਜੋ ਹਨ ਸਕੂਲ ਖੁੱਲ ਸਕਦੇ ਹਨ ਕਿਉਂਕਿ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਵਿਦਿਆਰਥੀਆਂ ਦਾ ਟੀਕਾਕਰਨ ਹੋ ਜਾਏਗਾ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਸਕੂਲ ਆਉਣ ਦੀ ਆਗਿਆ ਹੋਵੇਗੀ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਆਪ ਨੂੰ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਹੋਰ ਅਪਡੇਟਸ ਲੈਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਦੇ ਨਾਲ ਜਦ ਤੱਕ ਲਈ ਧੰਨਵਾਦ